ਬੰਦਾ ਨਾ ਜਿਹੜਾ ਗੰਨੇ ਲੈ ਕੇ ਜਾ ਰਿਹਾ ਮਸਾਂ 10 ਕਿ ਮੀਟਰ ਤੁਰਦਾ ਤੇ 10 ਕਿ ਮੀਟਰ ਤੋਰ ਕੇ ਇਹਨੂੰ ਰੋਕ ਲੈਂਦਾ ਹੈ ਨਾ ਤੇ ਉਮਰ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਇਹਦੀ ਤੁਰਿਆ ਤੋਂ ਜਾਂਦਾ ਨਹੀਂ ਤੇ ਪੁੱਛਦੇ ਹਾਂ ਬਾਪੂ ਨੂੰ ਕੀ ਪ੍ਰੋਬਲਮ ਹੈ ਕਿਉਂ ਕਰਨਾ ਪੈ ਰਿਹਾ ਕੰਮ ਬਜ਼ੁਰਗ ਕਿੱਧਰ ਚੱਲੇ ਹੋ ਕਿੱਧਰ ਚੱਲੇ ਹੋ ਅੱਛਾ ਕਿੱਥੋਂ ਲੈ ਕੇ ਆਏ ਹੋ ਕਿੱਥੋਂ ਲੈ ਕੇ ਆਏ ਹੋ ਆਪਦੇ ਨਹੀਂ ਆਏ ਵੱਢ ਤੇ ਕਿੰਨੀ ਉਮਰ ਹੈ ਤੁਹਾਡੀ ਮੇਰੀ 84 ਸਾਲ ਦੀ ਹੈ 84 ਸਾਲ ਹਾਂ ਇਹ ਗੰਨੇ ਆਪਦੇ ਲਾਏ ਹੋਏ ਨੇ ਤੁਸੀਂ ਹਾਂ ਤੁਹਾਡੇ ਦਾ ਕੱਢਿਆ ਹੋਇਆ ਸੀ ਬਾੜੀ ਚ ਅੱਛਾ ਹਾਂ ਕਿਹੜੀ ਜਗ੍ਹਾ ਤੋਂ ਕੋਈ ਸਾਹਿਬ ਤੋਂ ਅੱਛਾ ਇੱਥੇ ਡੇਲੀ ਲੈ ਕੇ ਆਉਣੇ ਹੋ ਹਾਂ ਡੇਲੀ ਲੈ ਕੇ ਆਉਣੇ ਜਾਂ ਕਿਵੇਂ ਨਾ ਨਾ ਬਾਹਰ ਹੀ ਇੱਕ ਖੁਦ ਬੱਚੇ ਕੌਣ ਨੇ ਘਰੇ ਫਿਰ ਹੈ ਬੱਚੇ ਬੱਚਾ ਕੋਈ ਨਹੀਂ ਭਤੀਜਾ ਹੈ ਅੱਛਾ ਉਹ ਕੀ ਕਰਦਾ ਹੈ ਉਹ ਕੰਮ ਤੇ ਜਾਂਦਾ ਹੈ ਅੱਛਾ ਨਹੀਂ ਫਿਰ ਇਹ ਕਿੰਨੇ ਦੇ ਵੇਚ ਦਿੰਦੇ ਹੋ ਅੱਛਾ ਭਲਾ ਨੂੰ ਪੁੱਛਦੇ ਜੀ ਕਿੰਨੇ ਦੇ ਅੱਛਾ ਕਿੰਨੇ ਰੁਪਏ ਦੇ ਦਿੰਦੇ ਨੇ ਉਹ ਮਰਜ਼ੀ ਦਾ ਮਾਲ ਪਿਆ ਜੀ ਅੱਛਾ ਬੰਦੇ ਭੇਜਣ ਮੂਰੇ ਨਾ ਤੁਸੀਂ ਬਕਾਉ ਅੱਛਾ ਕਿੱਥੇ ਕਲਾਣ ਵਾਲਾ ਕਿੱਥੇ ਜੇ ਉਰੇ ਆ ਸਾਲ ਕੋਲ ਅੱਛਾ ਨਹੀਂ ਇਹ ਫਿਰ ਕਿੰਨੇ ਰੁਪਏ ਦੇ ਦਿੰਦੇ ਨੇ ਉਹ ਕੋਈ ਆਈਡੀਆ ਹੈ ਕੋਈ ਹਿਸਾਬ ਕਿਤਾਬ ਜਾਂ ਵੀ ਕਿੰਨੇ ਰੁਪਏ ਦੇ ਦਿੰਦੇ ਨੇ ਇਹ ਲਾ ਲਓ ਸਾਹਿਬ 2 ਕੰਟਰੋਲ ਹੋ ਅੱਛਾ ਇੰਨੀ ਦੂਰੋਂ ਰੋੜ ਕੇ ਲੈ ਕੇ ਆਏ ਕੋਈ ਸਾਹਿਬ ਤੋਂ ਹਾਂਜੀ ਘਰੋਂ ਤੋਂ ਚੱਲੇ ਹੋਏ ਉੱਥੋਂ ਹੈ ਘਰੋਂ ਤੋਂ ਚੱਲੇ ਹੋਏ ਹੋ ਘਰੋਂ ਮੈਂ 6 ਵਜੇ ਦਾ 6 ਵਜੇ ਤੋਂ ਚੱਲੇ 10 ਵਜੇ ਗਏ ਮਤਲਬ 2 ਕਿਲੋਮੀਟਰ ਹੀ ਹੈ ਨਾ ਇੱਥੋਂ ਹਾਂਜੀ ਪੁਲ ਪੁਲ ਕਿ ਪੁਲ ਕਿਵੇਂ ਚੜੇ ਕੋਈ ਮੋਟਰਸਾਈਕਲ ਸੀ ਕੋਈ ਹੋਰ ਚੜਾ ਗਿਆ ਕਿ ਹਾਂ ਜਾਣਦੇ ਸੀ ਉਹਨੂੰ ਹਾਂਜੀ ਪਿੰਡ ਦਾ ਸੀ ਅੱਛਾ ਕੀ ਚਾਹੀਦਾ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਨਾ ਜੀ ਹੈ ਕੀ ਨਾਮ ਹੈ ਤੁਹਾਡਾ ਹੈ ਕੀ ਨਾਮ ਹੈ ਨਾਮ ਕੀ ਹੈ ਨਾਮ ਕਰਨੈਲ ਸਿੰਘ ਕਰਨੈਲ ਸਿੰਘ ਭਤੀਜਾ ਵੀ ਕੰਮ ਕਰਦਾ ਹੈ ਉਹ ਨਾਲ ਚ ਨੇ ਜੀ ਅੱਛਾ ਫਿਰ ਤੁਹਾਨੂੰ ਕੰਮ ਕਰਨਾ ਕਿਉਂ ਪੈਂਦਾ ਹੈ ਹੈ ਫਿਰ ਜੇ ਦੋਏ ਜੀ ਕੰਮ ਕਰਦੇ ਨੇ ਫਿਰ ਤੁਹਾਨੂੰ ਕਿਉਂ ਕੰਮ ਕਰਨਾ ਪੈਂਦਾ ਹੈ ਮੈਂ ਤਾਂ ਜੀ ਦਿੱਲੀ ਜਾਣਾ ਸੀ ਹੁਣ ਮੈਂ ਪੈਸੇ ਬਣਾ ਲਾਂ ਗੰਨੇ ਦੇ ਦਿੱਲੀ ਕਿਵੇਂ ਅੰਦੋਲਨ ਚ ਜੀ ਅੰਦੋਲਨ ਚ ਜਾਣਾ ਹੈ ਹਾਂ ਜੀ ਕੀ ਬਾਤ ਹੈ ਬਾਪੂ ਪਹਿਲਾਂ ਜਾ ਕੇ ਆਏ ਉੱਥੇ ਮੈਂ 14 ਮਹੀਨੇ ਲਾ ਕੇ ਆਇਆ ਦਿੱਲੀ ਅੰਦੋਲਨ ਚ ਹਾਂ ਕਿਆ ਜਜ਼ਬਾ ਹੈ ਬਾਪੂ ਤੇਰਾ ਯਾਰ ਕਮਾਲ ਦੀ ਪਹਿਲਾਂ 4 ਮਹੀਨੇ ਕਾਲੇ ਝਾੜ 9 ਮਹੀਨੇ ਉੱਥੇ ਅੱਛਾ ਦਿੱਲੀ ਜਾਣਾ ਹੈ ਫਿਰ ਹੁਣ ਪੈਸੇ ਜੋੜ ਕੇ ਕੀ ਕਰੇਗਾ ਫਿਰ ਹੈ ਪੈਸੇ ਜੋੜ ਕੇ ਕੀ ਕਰੇਗਾ ਚਾਹ ਪਾਣੀ ਦੀ ਕੋਈ ਚੀਜ਼ ਲੈਣੀ ਨਹੀਂ ਆਪਦੇ ਵਾਸਤੇ ਕਿ ਦਿੱਲੀ ਧਰਨੇ ਵਾਸਤੇ ਨਾ ਜੀ ਆਪਦੇ ਵਾਸਤੇ ਆਪਦੇ ਚੱਲ ਤੂੰ ਨਾ ਥੋੜੀ ਜੀ ਆ ਲੈ ਲੈ ਮੈਥੋਂ ਕੋਈ ਨਹੀਂ ਤੇ ਜੇ ਲੋੜ ਹੋਈ ਨਾ ਕਦੇ ਤੈਨੂੰ ਆ 500 ਰੁਪਏ ਰੱਖ ਲੈ ਉਹਦੇ ਕੋਲ ਜੇ ਤੈਨੂੰ ਕਦੇ ਲੋੜ ਹੋਈ ਨਾ ਜੇਬ ਚ ਪਾ ਲੈ ਪਹਿਲਾਂ ਅੱਛਾ ਜੀ ਇੱਥੇ ਪੁਲਿਸ ਚ ਸੀ ਕਿੱਥੇ ਆ ਐਸਐਸਪੀ ਦਫਤਰ ਬਣਿਆ ਹੋਇਆ ਜਿਹੜਾ ਅੱਛਾ ਜੀ ਇੱਥੇ ਆ ਕੇ ਪੁੱਛ ਲਈ ਕਦੇ ਗਗਨਦੀਪ ਹੈ ਮੇਰਾ ਨਾਮ ਜੇ ਕਦੇ ਲੋੜ ਪਈ ਕਿ ਜਿਹੜੇ ਮੁੰਡੇ ਸੇਵਾ ਕਰਦੇ ਨੇ ਉਹਨਾਂ ਨੂੰ ਮਿਲਣਾ ਅੱਛਾ ਜੀ ਹਾਂ ਮੇਰੇ ਕੋਲੇ ਜਦੋਂ ਮਰਜ਼ੀ ਆ ਜੀ ਆ ਰੱਖ ਲਈ ਆਪਦੇ ਕੋਲੇ ਲੈ ਲਈ ਸਮਾਨ ਕੋਈ ਨਹੀਂ ਬਾਪੂ ਕੋਈ ਨਹੀਂ ਧਿਆਨ ਨਾਲ ਜਾਈ ਬਹੁਤ ਭਾਰ ਹੈ ਤੇਰੇ ਕੋਲ ਮੈਂ ਤੈਨੂੰ ਦੇਖ ਹੀ ਜਾਂਦਾ ਕਾਫੀ ਟਾਈਮ ਦਾ ਵੈਸੇ ਮੈਂ ਤੇਰੀ ਇੱਕ ਗੱਲ ਹੋਰ ਇਹ ਧਰਨੇ ਤੇ ਬੈਠੇ ਨੇ ਕਿਸਾਨ ਉਹਨਾਂ ਵਾਸਤੇ ਜਜ਼ਬੇ ਵਾਲੇ ਨੇ ਪੂਰੇ ਉਹ ਹੌਸਲੇ ਵਾਲੇ ਨੇ ਹਾਂਜੀ ਗ੍ਰਾਹਕ ਜਿਹੜੇ ਗ੍ਰਾਹਕ ਗਰੁੱਪ ਆ ਨਹੀਂ ਹੌਸਲਾ ਹੈਗਾ ਪੂਰਾ ਉਹਨਾਂ ਚ ਹਾਂਜੀ ਤੁਹਾਡੇ ਚ ਪੂਰਾ ਹੌਸਲਾ ਹਾਂ ਮੂਰੇ ਜਾਣਿਆ ਬਸ ਠੀਕ ਹੈ ਬਾਪੂ ਮੂਰੇ ਜਾਣਿਆ ਜੀ ਮੂਰੇ ਚੱਲ ਤੂੰ ਆ ਪੈਸੇ ਵਰਤ ਲਈ ਠੀਕ ਹੈ ਤੇਰੇ ਕੰਮ ਆ ਜਾਣਗੇ ਕੋਈ ਨਹੀਂ ਤੇ ਚੱਲ ਤੂੰ ਵੇਚਿਆ ਕੋਈ ਨਹੀਂ ਠੀਕ ਹੈ ਬਾਪੂ ਹੋਰ ਕੋਈ ਗੱਲਬਾਤ ਮੈਂ ਠੀਕ ਬਾਕੀ ਕੋਈ ਨਹੀਂ ਬਾਪੂ ਠੀਕ ਹੈ ਜਿੰਦਾ ਦਿਲੀ ਆ ਲੱਗਿਆ ਰਹਿ ਪਾਣੀ ਲੈ ਪਾਣੀ ਆ ਲੈ ਜਾ ਪਾਣੀ ਯਾਰ ਆਪ ਆਪ ਬੋਤਲ ਲੈ ਜਾ ਲੈ ਤੇ ਰੱਖ ਲੈ ਇਹਦੇ ਵਿੱਚ ਰੱਖ ਲੈ ਠੀਕ ਹੈ ਚੰਗਾ ਬਾਪੂ ਧੰਨਵਾਦ ਓਕੇ ਬੇਫਿਕਰ ਰਹੋ ਓਕੇ ਬਾਪੂ ਧਿਆਨ ਰੱਖੀਆਂ ਤਾਂ ਠੀਕ ਹੈ ਇਹ ਇਹ ਹੁੰਦੀ ਹੈ ਜਿੰਦਾ ਦਿਲੀ ਬੰਦਾ 14 ਮਹੀਨੇ ਸੌਰੀ ਪਹਿਲਾਂ ਵੀ ਕਿੰਨਾ ਟਾਈਮ ਲਾ ਕੇ ਆਇਆ ਧਰਨੇ ਚ ਕਹਿੰਦਾ ਮੈਂ ਹੁਣ ਕੁਝ ਪੈਸੇ ਕਮਾ ਕੇ ਘਰੇ ਦੇ ਕੇ ਤੇ ਫਿਰ ਮੈਂ ਧਰਨੇ ਚ ਜਾਣਾ ਵਾਪਸ ਦੇਖੋ ਯਾਰ 84 ਸਾਲ ਕਹਿ ਦੇਣੀ ਗੱਲ ਹੁੰਦੀ ਹੈ ਇੱਥੇ ਆਪਾਂ 18 ਸਾਲ ਵਾਲੇ ਨਹੀਂ ਕੰਮ ਕਰਦੇ ਕਿਵੇਂ ਤੁਸੀਂ ਦੇਖਿਆ ਹੀ ਹੈ ਨਾ ਕਿਵੇਂ ਰੇੜੀ ਖਿੱਚ ਕੇ ਲਿਆ ਰਿਹਾ ਸੀ